ਜੇ ਆਪਾਂ ਮੋਰਚਿਆਂ ਦੀ ਗੱਲ ਕਰੀਏ, ਸੂਰਜ ਸਿੰਘ ਦਾ ਬਾਪੂ ਜੀ ਦਾ ਮੋਰਚਾ ਗੱਲ ਕਰੀਏ, ਬਰਗਾੜੀ, ਬਾਅਦ 'ਚ ਨਿਆਮੀਵਾਲ ਦਾ ਮੋਰਚਾ, ਗੁਰਬਖਸ਼ ਸਿੰਘ ਦਾ ਮੋਰਚਾ, ਅੱਜ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਮੋਰਚਾ, ਕੀ ਕੌਮ ਇਸੇ ਤਰ੍ਹਾਂ ਉਲਝਣ 'ਚ ਰਹੂਗੀ, ਮੋਰਚਿਆਂ ਦੇ ਵਿੱਚ ਹੀ ਰਹੂਗੀ? ਸਿੱਖਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ, ਸਾਡੇ ਨਾਲ ਵਿਸ਼ਵਾਸਘਾਤ ਹੋਇਆ, ਅਸੀਂ ਰੋਂਦੇ ਹਾਂ। ਇਹ ਵੱਖਰੀ ਗੱਲ ਹੈ ਕਿ ਅਸੀਂ ਜਿਹੜਾ ਰੋਂਦੇ ਹਾਂ ਚਲਾਉਂਦੇ ਹਾਂ ਉਹ ਇਕੱਠੇ ਹੋ ਕੇ ਨਹੀਂ ਚਲਾ ਰਹੇ, ਸਰਕਾਰ ਸਾਡਾ ਮਜ਼ਾਕ ਉਡਾਉਂਦੀ ਹੈ ਜੀ, ਕੋਈ ਉੱਥੇ ਬੈਠਿਆ ਕੋਈ ਉੱਥੇ ਬੈਠੇ ਆ। ਅਤੇ ਉਹ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੋਰਿਆਂ ਦਾ ਸਮਾਂ ਹੈ NHA ਦਾ ਪੂਰਾ ਹੋਣ ਜਾ ਰਿਹਾ, ਉਹਨਾਂ ਨੂੰ ਮੇਰੀ ਰਾਏ ਮੁਤਾਬਕ ਉਲਝਾਉਣ ਲਈ ਸਾਰਾ ਕੁਛ ਕੀਤਾ ਗਿਆ, ਹੋਰ ਕੇਸ ਪਾਉਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਅਸੀਂ ਜਿਹੜਾ ਮੋਰਚਾ ਮੋਹਾਲੀ ਲੱਗਿਆ ਉਹਦੇ ਵੱਲੋਂ ਇਕੱਠੇ ਹੋ ਕੇ ਵੀ ਇੱਥੇ ਆ ਰਹੇ ਹਾਂ, ਸਾਰੇ ਮਾਰਚ ਕਰਕੇ ਆਵਾਂਗੇ, ਸਾਡੀ ਜਥੇਬੰਦੀ ਵੱਲੋਂ ਵੀ ਆਵਾਂਗੇ। ਇੱਕ ਜਿਹੜੇ ਜਮਹੂਰੀਅਤ ਦੀ ਗੱਲ, ਲੋਕ ਰਾਜ ਦੀ ਗੱਲ ਸਰਦਾਰ ਭਗਵੰਤ ਸਿੰਘ ਮਾਨ ਕਰਦੇ ਸੀ, ਇੱਕ ਸਵਾ ਸਾਲ ਹੋ ਗਿਆ ਤਾਂ ਤੁਸੀਂ ਸਵਾ ਸਾਲ ਤੋਂ ਉੱਥੇ ਹੋ, ਮੁੱਖ ਮੰਤਰੀ ਨੇ ਪੁੱਛਣ ਦੀ ਲੋੜ ਵੀ ਨਹੀਂ ਸਮਝੀ ਤੁਸੀਂ ਬੈਠੇ ਕਿਉਂ। ਇਹਦਾ ਜਿੱਥੋਂ ਤੱਕ ਸਰਕਾਰਾਂ ਦਾ ਸੰਬੰਧ ਹੈ, ਭਾਵੇਂ ਉਹ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਅਤੇ ਭਾਵੇਂ ਦਿੱਲੀ ਦੀ ਸਰਕਾਰ ਕੱਲ੍ਹ ਨੂੰ ਬਦਲਦੇ ਹੈ, ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ। ਪਰ ਸਾਡੇ ਕੋਲ ਬਹੁਤ ਵੱਡੀ ਸ਼ਕਤੀ ਹੈ, ਉਹਨਾਂ ਸਰਕਾਰਾਂ ਦੇ ਕੋਲ ਇੱਕ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਬੋਝ ਹੈ, ਉਹ ਕਿਰਤ ਘੰਤਾ ਦਾ। ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਹਾਂ ਅਤੇ ਧਰਨਾ ਲੱਗੇ ਨੂੰ ਤਕਰੀਬਨ 17 ਕੁ ਦਿਨ ਦਾ ਸਮਾਂ ਹੋ ਗਿਆ ਵਾ। ਨੌਜਵਾਨ ਜਿਹੜੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਆ, ਉਹਨਾਂ ਦੀਆਂ ਜੇਲ੍ਹ ਤਬਦੀਲੀਆਂ ਵਾਸਤੇ, ਅਤੇ ਕੱਲ੍ਹ ਜਿਹੜੀ ਖਾਸ ਕਰਕੇ ਉੱਥੇ ਕਾਰਵਾਈ ਹੋਈ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਸੁਪਰਡੈਂਟ ਸੀ ਜਿਹੜਾ ਉਹਨੂੰ UAPA ਦੇ ਤਹਿਤ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਵਾ, ਕਿਉਂਕਿ ਕਿਹਾ ਜਾ ਰਿਹਾ ਕਿ ਜੋ ਜੇਲ੍ਹ ਦੇ ਵਿੱਚ ਸਮਾਨ ਮਿਲਿਆ ਸੀ ਉਹਨਾਂ ਨੌਜਵਾਨਾਂ ਤੋਂ ਉਹ ਇਹਨਾਂ ਮੁਹੱਈਆ ਕਰਾਇਆ ਸੀ। ਇਹ ਕਿੱਧਰੋਂ ਤਾਰਾਂ ਜੋੜੀਆਂ ਜਾਂਦੀਆਂ ਤਾਂ ਆਉਣਾ ਸਮਾਂ ਹੀ ਦੱਸੂਗਾ। ਪਰ ਜੇ ਇਸ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਜਿਹੜਾ 2 ਹਫ਼ਤੇ ਤੋਂ ਵੱਧ ਦਾ ਮੋਰਚਾ ਚੱਲ ਚੁੱਕਾ ਵਾ, ਇਸ ਮੋਰਚੇ 'ਚ ਲਗਾਤਾਰ ਕੋਈ ਨਾ ਕੋਈ ਸਿਆਸੀ ਧਿਰਾਂ ਵੀ ਇੱਥੇ ਪਹੁੰਚੀਆਂ, ਪੰਥਕ ਧਿਰਾਂ ਵੀ ਪਹੁੰਚੀਆਂ ਵਾ। ਅਤੇ ਅੱਜ ਸਾਡੇ ਨਾਲ ਗੁਰਦੀਪ ਸਿੰਘ ਬਠਿੰਡਾ ਜੀ ਆ, ਗੱਲਬਾਤ ਕਰਦੇ ਹਾਂ, ਪਹਿਲਾਂ ਗੁਰਫਤਿਹ ਸਾਂਝ ਕਰਦੇ ਹਾਂ ਬਠਿੰਡਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਭਾਈ ਤੇਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਿਵੇਂ ਵੇਖਦੇ ਹੋ ਜੇ ਆਪਾਂ ਮੋਰਚਿਆਂ ਦੀ ਗੱਲ ਕਰੀਏ, ਸੂਰਜ ਸਿੰਘ ਦਾ ਬਾਪੂ ਜੀ ਦਾ ਮੋਰਚਾ ਗੱਲ ਕਰੀਏ, ਬਰਗਾੜੀ, ਬਾਅਦ 'ਚ ਨਿਆਮੀਵਾਲ ਦਾ ਮੋਰਚਾ, ਗੁਰਬਖਸ਼ ਸਿੰਘ ਦਾ ਮੋਰਚਾ, ਅੱਜ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਮੋਰਚਾ, ਕੀ ਕੌਮ ਇਸੇ ਤਰ੍ਹਾਂ ਉਲਝਣ 'ਚ ਰਹੂਗੀ, ਮੋਰਚਿਆਂ ਦੇ ਵਿੱਚ ਹੀ ਰਹੂਗੀ? ਜਿਹੜਾ ਸਵਾਲ ਤੁਹਾਡਾ ਬੜਾ ਗੰਭੀਰ ਹੈ ਤੁਹਾਡਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦੀ ਹਾਂ, ਤੁਸੀਂ ਪੰਥ ਦੀ ਆਵਾਜ਼ ਨੂੰ ਅਕਾਲ ਚੈਨਲ ਬੜੇ ਲੰਬੇ ਸਮੇਂ ਤੋਂ ਲੋਕਾਂ ਤੀਕ, ਸੰਸਾਰ ਤੀਕ ਉਜਾਗਰ ਕਰਨ ਦਾ ਬੜਾ ਵੱਡਾ ਸਾਧਨ ਬਣੇ ਹੋਏ। ਜਿਹੜੀ ਗੱਲ ਤੁਸੀਂ ਸਵਾਲ ਪੁੱਛਿਆ, ਮੈਂ ਜੋ ਇੱਥੇ ਵੀ ਸਟੇਜ 'ਤੇ ਕਿਹਾ ਉਹੀ ਤੁਹਾਨੂੰ ਕਹਿਣਾ ਚਾਹੁੰਦਾ, ਬਲ ਛੁੱਟ ਕੇ ਉਹ ਬੰਧਨ ਭਰੇ, ਸਾਡੀ ਸ਼ਕਤੀ ਆ ਜਿਹੜੀ ਉਹ ਫੁੱਟ ਪੈਗੀ। ਜੇ ਕਿਸਾਨ ਸ਼ੰਭੂ ਬਾਰਡਰ 'ਤੇ ਜਾਂਦੇ, ਉਹ ਵੀ ਅਕਾਲ ਤਖ਼ਤ 'ਤੇ ਅਰਦਾਸ ਕਰਕੇ ਜਾਂਦੇ, ਅਤੇ ਅੰਮ੍ਰਿਤਧਾਰੀ ਸਿੰਘ ਹੈ ਉਹ ਪੰਥ ਵੀ ਹੈ ਅਤੇ ਕਿਸਾਨ ਵੀ ਹੈ। ਇੱਥੇ ਜਿਹੜੇ ਬੰਦੇ ਬੀਬੀਆਂ ਭੁੱਖੀਆਂ ਮਰ ਰਹੀਆਂ, ਕਿਸੇ ਦਾ ਨੁਕਸਾਨ ਹੋ ਸਕਦਾ, ਉਹ ਵੀ ਅੰਮ੍ਰਿਤਧਾਰੀ ਵੀ ਹੈ, ਕਿਸਾਨ ਵੀ ਹੈ, ਪੰਥਕ ਵੀ। ਜੇ ਅਸੀਂ ਮੋਰਚਿਆਂ ਦੀ ਗੱਲ ਕਰੀਏ, 30-30 ਸਾਲਾਂ ਤੋਂ ਭਾਈ ਜਹਿਦਾ ਜਗਤਾਰ ਸਿੰਘ ਹਵਾਰਾ, ਭਾਈ ਪਿਓਰਾ ਜੀ ਉਰੀ, ਪਰਮਜੀਤ ਸਿੰਘ ਪਿਓਰਾ, ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜਵਾਨ, ਉਹ ਵੀ ਉੱਥੇ ਬੈਠੇ ਆ। ਜਿੱਥੋਂ ਤੱਕ ਗੱਲ ਭਾਈ ਅੰਮ੍ਰਿਤਪਾਲ ਸਿੰਘ ਅਤੇ 9 ਸਾਥੀਆਂ, ਇਹਨਾਂ ਦਾ ਕੋਈ ਕਸੂਰ ਹੀ ਨਹੀਂ ਵੀ NHA ਲਾ ਕੇ ਡਿਬਰੂਗੜ੍ਹ ਭੇਜਿਆ ਜਾਵੇ। ਇਹਦੂ ਵੱਡੀਆਂ ਵੱਡੀਆਂ ਘਟਨਾਵਾਂ ਸੰਸਾਰ 'ਚ, ਦੇਸ਼ 'ਚ ਬੜੀਆਂ ਵੱਡੀਆਂ ਵਾਪਰੀਆਂ, ਜਿਨ੍ਹਾਂ ਦੀ ਕੋਈ ਪੁੱਛ ਗਿੱਛ ਨਹੀਂ। ਇਹਦਾ ਜਿੱਥੋਂ ਤੱਕ ਸਰਕਾਰਾਂ ਦਾ ਸੰਬੰਧ ਹੈ, ਭਾਵੇਂ ਉਹ ਭਗਵੰਤ ਮਾਨ ਦੀ ਸਰਕਾਰ ਹੈ ਅਤੇ ਭਾਵੇਂ ਦਿੱਲੀ ਦੀ ਸਰਕਾਰ ਹੈ ਅਤੇ ਭਾਵੇਂ ਦਿੱਲੀ ਦੀ ਸਰਕਾਰ ਕੱਲ੍ਹ ਨੂੰ ਬਦਲਦੇ ਹੈ, ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ। ਪਰ ਸਾਡੇ ਕੋਲ ਬਹੁਤ ਵੱਡੀ ਸ਼ਕਤੀ ਹੈ, ਉਹਨਾਂ ਸਰਕਾਰਾਂ ਦੇ ਕੋਲ ਇੱਕ ਬਹੁਤ ਵੱਡਾ ਪਾਪ ਹੈ, ਬਹੁਤ ਵੱਡਾ ਬੋਝ ਹੈ, ਉਹ ਕਿਰਤ ਘੰਤਾ ਦਾ। ਸਿੱਖਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀਆਂ, ਸਾਡੇ ਨਾਲ ਵਿਸ਼ਵਾਸਘਾਤ ਹੋਇਆ, ਅਸੀਂ ਰੋਂਦੇ ਹਾਂ। ਇਹ ਵੱਖਰੀ ਗੱਲ ਹੈ ਕਿ ਅਸੀਂ ਜਿਹੜਾ ਰੋਂਦੇ ਹਾਂ ਚਲਾਉਂਦੇ ਹਾਂ ਉਹ ਇਕੱਠੇ ਹੋ ਕੇ ਨਹੀਂ ਚਲਾ ਰਹੇ, ਸਰਕਾਰ ਸਾਡਾ ਮਜ਼ਾਕ ਉਡਾਉਂਦੀ ਹੈ ਜੀ, ਕੋਈ ਉੱਥੇ ਬੈਠਿਆ ਕੋਈ ਉੱਥੇ ਬੈਠਿਆ। ਸਾਨੂੰ ਗੁਰੂ ਹੀ ਕਿਰਪਾ ਕਰੇ ਅਤੇ ਸਾਰੀ ਸੰਗਤ ਦੇ ਮੇਰੀ ਚਰਨਾਂ 'ਚ ਤੁਹਾਡੇ ਅਕਾਲ ਚੈਨਲ ਰਾਹੀਂ ਬੇਨਤੀ ਹੈ ਕਿ ਉਹ ਅਰਦਾਸਾਂ ਕਰਨ, ਗੁਰੂ ਅਰਦਾਸ ਸੁਣੇਗਾ, ਸਾਰੀ ਕੌਮ 'ਚ ਏਕਤਾ ਹੋਵੇ, ਤਾਂ ਜੋ ਅਸੀਂ ਦੋਹਾਂ ਸਰਕਾਰਾਂ ਦੀਆਂ ਚੂਲਾਂ ਹਿਲਾ ਸਕਦੇ ਹਾਂ। ਸ਼ਕਤੀ ਬੜੀ ਹੈ ਪਰ ਵੰਡੀ ਹੋਈ ਹੈ, ਜਿਹਦੇ ਕਰਕੇ ਹੋ ਕਿੱਦਾਂ ਇੱਕ ਦੀਆਂ ਗੱਲਾਂ ਦੇ ਬੜੇ ਸਿਰ ਤੋਂ ਸੁਣ ਰਹੇ ਹਾਂ, ਇੱਕ ਦਹਾਕੇ ਦਾ ਸਮਾਂ ਹੋ ਗਿਆ ਇਸ ਲਾਈਨ 'ਚ, ਮੈਨੂੰ ਵੀ ਇੱਕ ਦੀਆਂ ਗੱਲਾਂ ਜ਼ਰੂਰ ਹੋਈਆਂ, ਭਾਈ ਗੁਰਬਖਸ਼ ਸਿੰਘ ਦੇ ਮੋਰਚੇ 'ਤੇ ਏਕਾ ਹੋਇਆ, ਬਾਪੂ ਸੂਰ ਸਿੰਘ ਵਾਲੇ ਮੋਰਚੇ 'ਤੇ ਏਕਾ ਹੋਇਆ, ਮੰਡ ਸਾਹਿਬ ਨੇ ਭਾਈ ਦਾਦੂਵਾਲ ਜੀ ਨੇ ਮੋਰਚਾ ਲਾਇਆ ਸੀ ਏਕਾ, ਪੰਥ 'ਤੇ ਇੱਕ ਵੋਟ ਹੁੰਦਾ
पंथ की एकजुटता करता वा, वो तो बाद होंदा की आ मिलता की आ कौम? कुछ मोर्चा दी प्राप्तियां भी हुई हैं बरगाड़ी दियाँ, एस आई जी डी जी पी प्रकाश सिंह बादल जिहड़ा चलिया गया संसार तो, सुखबीर सिंह बादल ते मुकदमे दर्ज हुए डेरे वाले ते हुए है। ये गल्लां है पर साडियां वो प्राप्तियां नाल साडा कौम दा हजे भविख समर नहीं सकदा। जिहड़ा सवाल तुसीं कीता वो जिथों तक मेरे को अपनी संबंध है भी चार जथेबंदियां असीं इकट्ठियां हुई हैं, कुछ होर जथेबंदियां दी संभावना है। पंथ इकट्ठा होवे मैं सब तो पहला जिहदे ते सहमति उस रोपा पा दूँ मेरे को जो मैं कर सकदा। दूजी गल है भी मेरी राय के मुताबिक मैं कोई वध घट गल करा वो दा कोई फायदा नहीं गा, यह है भी गुरु ही कृपा करे ते अरदास संगत की अरदास ही राह कढ सकदी है। गुरु समर्थ है, गुरु कितें गया नहीं, गुरु कितें साडे ते तरस करे, गुरु राह कढे ते पंथ नूं योग आगू देवे, ये अरदास है। कल जिहड़ा जेल सुपरिटेंडेंट फड़िया वा, जेल सुपरिटेंडेंट फड़न तो बाद दे विच तो UAPA ला दिता गया वा, कहिंदे कि जिहड़ा समान सी जे आपां भाई अमृतपाल दी गल करदे आ फोन फड़े जांदे आ बाकी समान फड़िया जांदा वा, वह कहिंदे कि इहने प्रोवाइड करवाया पिछे होर तारां वी जुड़न गईआं, की लगदा है कहानी दे विच कितें लगदा नहीं कहानी होर पासे नूं जा रही है? कहानी होर पासे चली गई। देखो जिहड़ा सिस्टम है उहदे विच हर थां कमियां है। सुपरटेंडेंट तो UAPA ला देनी हजे जानकारी नहीं पूरी, पर मैं हमने 5-7 मिनट पहले एक टेलीफोन आया सी, उस केस होर सिंघा नूं वेल जा रही, मैं हजे पूरी मैं तुहानूं कहा काली चाह क्योंकि इत्थे बैठे नूं मैं टेलीफोन आया सी, मैं पूरा सुन नहीं सकया। तो वो जिहड़े भाई अमृतपाल सिंह होरां दा समा है NSA का पूरा होने जा रहा, उन्होंने मेरी राय मुताबिक उलझाउण लई सारा कुछ किया जा रहा, होर केस पाउणगे। वापसी नहीं होगी नौजवानों की तो इतने तो मातावान का हाल बुरे हो गए हैं, भाई अमृतपाल सिंह माता को कई बार प्रॉब्लम आज भी प्रॉब्लम आई थोड़ी देर पहलों, हमने ये बाजे के जो प्रधानमंत्री से वीर वो माता हमने प्रॉब्लम आई है उन्होंने बैकसाइड पर लै गए भी बच्चे उल्टियां कर दे। वापसी भी होएगी तो रिहाइया भी होनगियाँ, सानू सारे इकट्ठे होने की लड़ है, असी जो मोर्चा मोहाली लगे वो वालों इकट्ठे होकर भी इतने आ रहे हैं, सारे मार्च करके आवेंगे, साड़ी जथेबंदी वालों भी आवेंगे, यतन करते हैं। बाकी जी मैं पहला बेनती की है गुरु अगे अरदास है, गुरु रामदास के चरणा च आप खड़े हैं, गुरु कृपा करे। एक साल तो वह समा हो गया वा बंदी सिंह रिहाइया वास्ते मोर्चा लगा, गुरु साहब दिया बेदबियां का करके मोर्चा लगा, उत्थे 328 रूपों की गल हो रही आ, किसी पास गल चली मुख्यमंत्री साहब तक सुनेहा पहुँचा तुहाडा, कोई सरकारी अधिकारी उत्थे कदी मिलने वास्ते आया? नहीं, जो कोई अधिकारी छोटा अधिकारी आ गया तो कोई अर्थ नहीं, कोई अर्थ नहीं। एक जिहड़े जमहूरीयत की गल लोकराज की गल सरदार भगवंत सिंह मान करते, एक सवा साल हो गया तो तुसी सवा साल तो उत्थे हो, मुख्यमंत्री ने पूछने की लोड़ भी नहीं समझी तुसी बैठे क्यों? अंब साहब दी फोटो लाइया मैं एक चीज़ देखी जी तुहाडी, तुसी अंब साहब दी फोटो लाइया जो मुख्यमंत्री साहब नहीं सी मान साहब भगवंत सिंह मान उदों गुरबख्श सिंह खालसा नाल के बैठे भी सी, उदों दी वीडियो वायरल हुई। वो अंब साहब भी आए सी हसनपुर जयदार सूर सिंह के घर भी आए, मैं उत्थे हाजिर सी, उहदी वीडियो आ बोलिया भी मैं जिदे सरकार बन गई सी 24 घंटे छड़ दें, जिहड़ा मरे मुकरे दा एक अपनी कहावत है कोई इलाज नहीं, मरे मुकरे दा इलाज है जिहड़ा एक शक्ति है, वह शक्ति जिड्डी वड्डी आपां नूं चाहीदी है वह खिंडी भी है। गुरु साहब दा निरादर दी गल कीती सी, केजरीवाल जी कहिंदे सी कि 24 घंटे इंसाफ दे दांगे असीं, की लगदा लंबा समां नहीं हो गया गुरु साहब दा निरादर होया अज तक इंसाफ? मेरी राय मुताबिक जिहड़ा केजरीवाल है साडे प्रति जिहड़ियां देश दियां केंद्रीय शक्तियां सारियां बेईमान है, पर सारे तो जो कोई हैड है वह है सारे का मुखी है जिहड़ा सिखां दे नाल कोई गल सुन लई तैयार नहीं, तो सब तो वध इह साडे लई खतरनाक। परिवारां नूं मिले हुण तुसीं की अगली कोई गलबात चली उहनां नाल? नहीं, जो परिवार करनगे जी मेरी कोई प्रोग्राम बारे गल नहीं चली, असीं उहनां दा साथ देवांगे। तुहाडी जथेबंदी पूर्ण तौर 'ते सपोर्ट कर? जथेबंदी पूर्ण तौर 'ते सपोर्ट करेगी, बरगाड़ी मोर्चा भी इत्थे आएगा सर, ना सॉरी चंडीगढ़ मोर्चा भी वो मोर्चे वालों भी असं इतने गुरदीप सिंह रिहाई वास्ते मोर्चा लगा। हाँ जी वो मोर्चे, धन्यवाद जी। गुरदीप सिंह बठिंडा साढ़े नाल सी, कहिंदे कि जे आपां केजरीवाल जी की भी गल करिए भगवंत मान जी केवल अंब साहब ही नहीं उन्होंने याद कराया कि बापू सूरत सिंह के कोल भी आया सी ते उदों गलबात कीती सी, उदों एक दर्द सी पर जदों सरकार बन जाती है शायद वह भुल जाता। अज जिहड़ा कि मोर्चे के आगू साहबान भी आ गुरदीप सिंह बठिंडा जिहड़ा चंडीगढ़ च मोर्चा लगा, उन्हें कहा कि असीं मोर्चे वालों भी हिमायत करते हैं तो परिवारों के नाल भी हाँ,
ਤੇ ਦੂਜਾ ਜਿਹੜਾ ਕੱਲ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਦੇ ਉੱਤੇ ਕਾਰਵਾਈ ਹੋਈ ਆ ਉੱਤੇ ਉਹਨਾਂ ਸਵਾਲ ਵੀ ਖੜਾ ਕੀਤਾ ਅਤੇ ਉਲਝਣ ਦੇ ਵਿੱਚ ਵੀ ਕਹਿੰਦੇ ਲਗਭਗ ਪਿਆ ਜਾ ਰਿਹਾ ਵਾ ਕਿਉਂਕਿ ਥੋੜ੍ਹਾ ਚਿਰ ਸਮਾਂ ਪਹਿਲਾਂ ਪਤਾ ਲੱਗਾ ਵਾ ਕਹਿੰਦੇ ਕਿ ਉਹ ਉਲਝਣ ਵੀ ਬਰਕਰਾਰ ਆ ਕਿ NSA ਤੋਂ ਬਾਅਦ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਸਾਥੀ ਡਿਬਰੂਗੜ੍ਹ ਦੇ ਜੇਲ੍ਹਾਂ ਤੋਂ ਵਾਪਸ ਆਉਣਗੇ ਇੱਕ ਸਵਾਲੀਆ ਚਿੰਨ੍ਹ ਵੀ ਉਹ ਲਾ ਕੇ ਗਏ ਆ ਅਤੇ ਦੂਜੇ ਪਾਸੇ ਇਸ ਮੋਰਚੇ ਦੀ ਹਮਾਇਤ ਵੀ ਵੱਡੇ ਪੱਧਰ 'ਤੇ ਕੀਤੀ ਉਹਨੇ ਕਿਹਾ ਕਿ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਜ਼ਰੂਰ ਲਾਇਆ ਹੋਇਆ ਪਰ ਸਾਡਾ ਮੋਰਚਾ ਜਿਹੜਾ ਹੈਗਾ ਵਾ ਇਸ ਮੋਰਚੇ ਦੀ ਪੂਰਨ ਹਮਾਇਤ ਕਰਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉੱਥੋਂ ਮਾਰਚ ਲੈ ਕੇ ਵੀ ਇੱਥੇ ਪਹੁੰਚਾਂਗੇ।